ਸਿਆਸਤ ਵਾਸਤੇ ਬੜੇ ਮੁੱਦੇ ਨੇ ਸਿਆਸਤ ਵਾਸਤੇ ਤੁਸੀਂ ਕਈ ਸਵਾਲ ਉਠਾ ਸਕਦੇ ਜੀ ਇੱਕ ਦੂਜੇ ਦੇ ਉੱਤੇ ਜਿੱਥੇ ਕੋਈ ਸਿਆਸੀ ਤੌਰ ਤੇ ਕਿਸੇ ਚ ਕਮਜ਼ੋਰੀ ਹੈ ਪਰ ਤੁਸੀਂ ਇੱਕ ਅੰਮ੍ਰਿਤਧਾਰੀ ਸਿੱਖ ਦੇ ਦਾੜੇ ਦੇ ਉੱਤੇ ਸਵਾਲ ਉਠਾਓਗੇ ਤੇ ਉਹ ਦਾੜਾ ਜਿਹੜਾ ਸਾਨੂੰ ਗੁਰੂ ਦੀ ਬਖਸ਼ਿਸ਼ ਹੈ ਤੇ ਫਿਰ ਤੰਜ ਦੇ ਰੂਪ ਚ ਮਜ਼ਾਕ ਦੇ ਰੂਪ ਚ ਪੰਜਾਬ ਦੀ ਵਿਧਾਨ ਸਭਾ ਚ ਜਿਹਨੂੰ ਅਸੀਂ ਸੱਚ ਦਾ ਮੰਦਰ ਕਹਿੰਦੇ ਹਾਂ ਤੇ ਫਿਰ ਕੰਗ ਵਰਗੇ ਕੰਗ ਸਾਹਿਬ ਵਰਗੇ ਆਣ ਕੇ ਉਹਨੂੰ ਡਿਫੈਂਡ ਵੀ ਕਰਨ ਇਹਨੂੰ ਬਦਕਿਸਮਤੀ ਕਹਿ ਸਕਦੇ ਹਾਂ ਬਦਕਿਸਮਤੀ ਹੈ ਨਾ ਕੌਮ ਦੀ ਕਿ ਜਿਹੜੇ ਲੋਕਾਂ ਨੂੰ ਸਿੱਖੀ ਦਾ ਹੀ ਨਹੀਂ ਪਤਾ ਭਗਵੰਤ ਮਾਨ ਨੂੰ ਸਿੱਖੀ ਦਾ ਪਤਾ ਸਿੱਖੀ ਦੇ ਨੇੜੇ ਹੈਗੇ ਆ ਜਿਹੜੇ ਬੰਦੇ ਆਪਣੀ ਮਾਂ ਦੀ ਸਹੁੰ ਖਾ ਕੇ ਬਰਨਾਲਾ ਰੈਲੀ ਦੇ ਵਿੱਚ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਵਾਂਗਾ ਤੇ ਮੈਨੂੰ ਦੱਸ ਦੇਣ ਕੰਗ ਸਾਹਿਬ ਅੱਜ ਪੀਂਦੇ ਕਿ ਨਹੀਂ ਪੀਂਦੇ ਪੀਂਦੇ ਕਿ ਨਹੀਂ ਪੀਂਦੇ ਪੀਂਦੇ ਆ ਤੇ ਜਿਹੜਾ ਬੰਦਾ ਮਾਂ ਦੀ ਸਹੁੰ ਖਾ ਕੇ ਸ਼ਰਾਬ ਪੀਂਦਾ ਆ ਅੱਜ ਵੀ ਪੀਂਦਾ ਆ ਸ਼ਾਇਦ ਇਸ ਕਰਕੇ ਉਹਨੂੰ ਗੁਰੂ ਦਾ ਵੀ ਤੇ ਗੁਰੂ ਦੀ ਬਖਸ਼ਿਸ਼ਾਂ ਦਾ ਵੀ ਚੇਤਾ ਭੁੱਲ ਗਿਆ ਕਿ ਮੇਰੀ ਮਾਂ ਦੇ ਸਹੁੰ ਸ਼ਰਾਬ ਪੀਣ ਦੇ ਬਾਵਜੂਦ ਹੀ ਨੌਂ ਬਰਨਾਉਂ ਤੁਰੀ ਫਿਰਦੀ ਹੈ ਉਹਨੂੰ ਉਹਨੂੰ ਸਮਝੋ ਕਿ ਸਹੁੰ ਐਵੇਂ ਹੀ ਹੋ ਗਈ ਹੁਣ ਕੋਈ ਗੱਲ ਨਹੀਂ ਕੋਈ ਰੱਬ ਹੈ ਹੀ ਨਹੀਂ ਪਰ ਰੱਬ ਹੈ ਪਰ ਤੁਸੀਂ ਰੱਬ ਬਣ ਕੇ ਬਹਿ ਗਏ ਜੇ ਮੁੱਖ ਮੰਤਰੀ ਬਣੇ ਜੇ ਪਦਾਤ ਨਹੀਂ ਬਣ ਗਏ ਸਿੱਖਾਂ ਦੀ ਦਾੜੇ ਦੇ ਉੱਤੇ ਇੱਕ ਅੰਮ੍ਰਿਤਧਾਰੀ ਸਿੱਖ ਦੇ ਦਾੜੇ ਦੇ ਉੱਤੇ ਮੈਂ ਕਹਿੰਦਾ ਭਾਵੇਂ ਆਮ ਸਿੱਖ ਵੀ ਹੋਵੇ ਉਹਦਾ ਦਾੜਾ ਜਿਹੜਾ ਆ ਉਹਦੇ ਪ੍ਰਕਾਸ਼ ਕਰਨ ਦੇ ਉੱਤੇ ਜਾਂ ਦਾੜਾ ਬੰਨਣ ਦੇ ਉੱਤੇ ਜਾਂ ਕੇਸ ਹੈਗੇ ਆ ਨਾ ਸਾਬਤ ਸੂਰਤ ਦਸਤਾਰ ਸਿਰਾ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਤੇ ਤੁਸੀਂ ਉਹਦੇ ਉੱਤੇ ਜੀ ਉਹ ਤੇ ਐਂ ਕਹਿਤਾ ਜੀ ਓਂ ਕਹਿਤਾ ਕੰਗ ਸਾਹਿਬ ਤੁਹਾਡੇ ਵਰਗੇ ਨੂੰ ਤਾਂ ਘੱਟੋ ਘੱਟ ਮਹਿਸੂਸ ਕਰਨਾ ਚਾਹੀਦਾ ਕਿ ਸਾਡੇ ਮੁੱਖ ਮੰਤਰੀ ਕੋਲੋਂ ਇਹ ਨਹੀਂ ਸੀ ਹੋਣਾ ਚਾਹੀਦਾ ਇਹ ਗੱਲ ਨਹੀਂ ਹੋਣੀ ਚਾਹੀਦੀ ਮੈਂ ਉਸ ਦਿਨ ਜਿਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਗਲ ਸ਼ਬਦ ਦੀ ਵਰਤੋਂ ਕੀਤੀ ਸੀ ਮੈਂ ਕਿਹਾ ਉਹਨਾਂ ਨੇ ਜਿਹੜੇ ਮਰਜ਼ੀ ਹਾਲਾਤਾਂ 'ਚ ਵਰਤਿਆ ਕਿਉਂ ਵਰਤਿਆ ਪਰ ਮੈਂ ਕਿਹਾ ਸੀ ਗਲਤ ਹੈ ਮੈਂ ਜਸਟੀਫਾਈ ਨਹੀਂ ਕਰਦਾ ਪਰ ਤੁਸੀਂ ਤਾਂ ਕਮਾਲ ਹੋ ਗਈ ਕੰਗ ਸਾਹਿਬ ਘੱਟੋ ਘੱਟ ਤੁਹਾਡੇ ਮੁੱਖ ਮੰਤਰੀ ਨੂੰ ਜੇ ਮਤ ਹੈ ਨਹੀਂ ਸਿੱਖੀ ਦੀ ਤੇ ਤੁਹਾਨੂੰ ਤਾਂ ਹੈਗੀ ਕਿ ਨਹੀਂ ਕਿ ਤੁਹਾਨੂੰ ਵੀ ਹੈ ਨਹੀਂ ਕਿ ਤੁਹਾਨੂੰ ਵੀ ਹੈ ਨਹੀਂ ਤੁਸੀਂ ਉਹਨੂੰ ਜਵਾਬ ਲੈ ਲੈਂਦੇ ਆ ਜਵਾਬ ਲੈਣਾ ਮਲਵਿੰਦਰ ਕੰਗ ਜੀ ਦੇਖੋ ਪਹਿਲੀ ਗੱਲ ਤਾਂ ਮੈਂ ਗਰੇਵਾਲ ਸਾਹਿਬ ਨੂੰ ਦਰੁਸਤ ਕਰਦਾ ਗਰੇਵਾਲ ਸਾਹਿਬ ਨੇ ਮੇਰੀ ਗੱਲ ਸੁਣੀ ਨਹੀਂ ਗਰੇਵਾਲ ਸਾਹਿਬ ਮੈਂ ਇਹ ਕਿਹਾ ਸੀ ਵੀ ਬੀਜੇਪੀ ਕੁਛ ਨਕਲੀ ਸਿੱਖਾਂ ਨੂੰ ਤਿਆਰ ਕਰਦੀ ਹੈ ਔਰ ਇਹ ਐਗਜ਼ਾਮਪਲ ਮੈਂ ਦੇ ਸਕਦਾ ਤੁਹਾਨੂੰ ਔਨ ਰਿਕਾਰਡ ਮੈਂ ਸਾਰਿਆਂ ਨੂੰ ਨਹੀਂ ਕਿਹਾ ਸੀ ਤੁਹਾਨੂੰ ਨਹੀਂ ਕਿਹਾ ਮੈਂ ਬਿਲਕੁਲ ਵੀ ਇਸ ਕਰਕੇ ਤੁਸੀਂ ਮੇਰੀ ਗੱਲ ਨੂੰ ਤੋੜ ਮਰੋੜ ਗਏ ਦੂਜੀ ਗੱਲ ਬਲਟੋਆ ਸਾਹਿਬ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਤੋਂ ਲੋੜ ਹੈ ਸਾਨੂੰ ਵੀ ਸਿੱਖ ਅਸੀਂ ਹੈਗੇ ਹਾਂ ਕਿ ਨਹੀਂ ਹੈਗੇ ਅਸੀਂ ਨਾ ਦੁਰਵਰਤੋਂ ਸਿੱਖੀ ਸਰੂਪ ਦਾ ਨਾ ਸਿੱਖੀ ਸਿਧਾਂਤਾਂ ਦਾ ਆਪਣੇ ਰਾਜਨੀਤਿਕ ਫਾਇਦੇ ਲਈ ਕਰਦੇ ਹਾਂ ਤੇ ਨਾ ਕੀਤਾ ਤੇ ਨਾ ਗਾਂ ਕਰਾਂਗੇ ਅਸੀਂ ਜੇ ਪਰਮਾਤਮਾ 'ਚ ਭਰੋਸਾ ਰੱਖਦੇ ਹਾਂ ਤੇ ਰੱਖਦੇ ਹਾਂ ਉਹ ਸਾਡਾ ਆਪਣਾ ਨਿੱਜੀ ਮਾਮਲਾ ਆ ਅਸੀਂ ਨਾ ਉਹਦੀ ਕੋਈ ਫਾਇਦੇ ਲਈ ਤੇ ਨਾ ਕਿਸੇ ਦੇ ਨੁਕਸਾਨ ਲਈ ਉਦੋਂ ਸੁਖਬੀਰ ਸਿੰਘ ਬਾਦਲ ਦਾ ਹੋਰਾਂ ਦਾ ਵੀ ਨਿੱਜੀ ਮਾਮਲਾ ਹੋ ਸਕਦਾ ਨਹੀਂ ਮੈਂ ਤਾਂ ਕਹਿ ਰਿਹਾ ਰਾਜਨੀਤਿਕ ਮੁੱਖ ਮੰਤਰੀ ਜੀ ਨੇ ਕੀ ਕਿਹਾ ਨਾ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਇਹ ਸਿਰਫ ਰਾਜਨੀਤਿਕ ਲਾਹੇ ਲਈ ਕਰਦੇ ਆ ਔਰ ਇਹ ਵੇਖਿਆ ਆਪਾਂ ਜਦੋਂ ਸੱਤਾ 'ਚ ਰਹਿ ਪਦੀ ਪੰਥ ਖਤਰੇ 'ਚ ਨਹੀਂ ਜਦੋਂ ਸੱਤਾ ਤੋਂ ਬਾਹਰ ਆ ਗਏ ਪੰਥ ਖਤਰੇ 'ਚ ਸੱਤਾ 'ਚ ਰਹਿ ਕੇ ਬੰਦੀ ਸਿੰਘਾਂ ਦੇ ਖਿਲਾਫ਼ ਐਫੀਡੈਵਿਟ ਦੇ ਤੇ ਸੱਤਾ ਤੋਂ ਬਾਹਰ ਬੰਦੀ ਸਿੰਘਾਂ ਦੀ ਡਿਮਾਂਡ ਕਰਨ ਲੱਗ ਜਾਂਦੇ ਆ ਸੱਤਾ 'ਚ ਰਹਿ ਕੇ DGP ਸੈਣੀ ਲਾ ਦਿੰਦੇ ਆ ਸਿੱਖਾਂ 'ਤੇ ਗੋਲੀਆਂ ਚਲਾ ਦਿੰਦੇ ਆ ਬਾਹਰ ਆ ਕੇ ਗੌਰਵ ਯਾਦਵ ਵਰਗੇ ਜਿਹੜਾ ਇਮਾਨਦਾਰ ਅਫਸਰ ਉਹ ਤੇ ਸਵਾਲ ਵਿਕਰਮ ਜੀਠੀਆ ਜੀ ਖੜੇ ਕਰੀ ਜਾਂਦੇ ਸੀ ਕੱਲ੍ਹ ਪਰਸੋਂ ਹੱਦ ਹੋ ਗਈ ਇਹਨਾਂ ਦੀ ਕਮਾਲ ਹੋ ਗਈ ਤੇ ਮੁੱਖ ਮੰਤਰੀ ਜੀ ਨੇ ਵੀ ਕੀ ਗਲਤ ਕਿਹਾ ਕੁਖਰੰਤ ਜੀ ਨੇ ਕਿਹਾ ਕਿ ਗੁਰੂ ਸਾਹਿਬ ਦਾ ਜਿਹੜਾ ਸਰੂਪ ਬਖਸ਼ਿਆ ਆ ਉਹਦਾ ਇਸਤੇਮਾਲ ਹੁਣ ਛੱਡ ਦਿਓ ਰਾਜਨੀਤਿਕ ਰਾਹੇ ਦੀ ਹੁਣ ਜਦੋਂ ਤੁਸੀਂ ਕ੍ਰਾਈਸਿਸ 'ਚੋਂ ਲੋਕਾਂ ਨੇ ਤੁਹਾਨੂੰ ਨਕਾਰਤਾ ਤੇ ਹੁਣ ਤੁਸੀਂ ਮਤਲਬ ਸਿੱਖੀ ਸਰੂਪਾਂ ਦਾ ਹਵਾਲਾ ਕਰਦੇ ਹੋ 96 ਤੁਸੀਂ ਕਹਿੰਦੇ ਸਾਡੀ ਤੇ ਪੰਜਾਬੀ ਪਾਰਟੀ ਆ ਹੁਣ ਕਹਿੰਦੇ ਸਾਡੀ ਪੰਥਕ ਪਾਰਟੀ ਆ ਆਪ ਹੀ ਦਰੁਸਤ ਕਰ ਦੇਣ ਇਹ ਹੈਗਾ ਕਿ ਨਹੀਂ ਹੈਗਾ ਇਹ ਤਾਂ ਸੱਚਾਈ ਆ ਜਦੋਂ ਵੋਟਾਂ ਦੀ ਲੋੜ ਆ ਉਦੋਂ ਪੰਜਾਬੀ ਪਾਰਟੀ ਤੇ ਜੋ ਲੋਟਾਂ ਜਦੋਂ ਲੋਕਾਂ ਨੇ ਨਕਾਰਤਾ ਉਦੋਂ ਪੰਥਕ ਪਾਰਟੀ ਤਾਂ ਸਤਹਿ ਤੇ ਇਹਨਾਂ ਨੇ ਕਰਨਾ ਆ ਤੇ ਮੁੱਖ ਮੰਤਰੀ ਜੀ ਨੇ ਤੇ ਸਿਰਫ ਸਾਵਧਾਨ ਕੀਤਾ ਕਿ ਇਹੋ ਜਿਹੇ ਲੋਕਾਂ ਤੋਂ ਬਚਣ ਦੀ ਲੋੜ ਵਲਡੋਆ ਜੀ ਦੇਖੋ ਮੈਂ ਗੱਲ ਪਾਉਂ ਕਿ ਉਸੇ ਤੇ ਹੋਣਾ ਚਾਹੁੰਦਾ ਕਿ ਕੰਗ ਸਾਹਿਬ ਅੱਜ ਵੀ ਤੁਸੀਂ ਭਗਵੰਤ ਮਾਨ ਦੇ ਉਸ ਗੁਨਾਹ ਨੂੰ ਡਿਫੈਂਡ ਕਰ ਰਹੇ ਜੀ ਤੁਸੀਂ ਤਾਂ ਐਂ ਕਹਿ ਰਹੇ ਜੇ ਕਿ ਜਿਹੜੀ ਉਹਨਾਂ ਸਿੱਖੀ ਸਰੂਪ ਬਾਰੇ ਗੱਲ ਕੀਤੀ ਹੈ ਬੜਾ ਉਪਦੇਸ਼ ਦਿੱਤਾ ਹੈ ਕਿ ਇਹ ਮਤਲਬ ਸਾਰਿਆਂ ਨੂੰ ਭਗਵੰਤ ਮਾਨ ਵਰਗੇ ਬਣਨਾ ਚਾਹੀਦਾ ਇਹੀ ਹੋ ਗਿਆ ਨਾ ਤੁਹਾਡੇ ਮੁਤਾਬਕ ਹਾਂਜੀ ਇਹ ਗੱਲਾਂ ਜਿਹੜੀਆਂ ਨੇ ਗੁਨਾਹ ਆ ਇਹ ਅਵੱਗਿਆ ਆ ਇਹ ਸਿੱਖੀ ਸਰੂਪ ਦੇ ਉੱਤੇ ਤੰਜ ਆ ਸਿੱਖੀ ਸਰੂਪ ਦਾ ਮਜ਼ਾਕ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਆਮ ਆਦਮੀ ਪਾਰਟੀ ਜੇ ਉਹਦੇ ਬੁਲਾਰੇ ਜੇ ਉਹਦੇ ਬੁਲਾਰੇ ਜੇ ਇਹਦਾ ਮਤਲਬ ਇਹ ਨਹੀਂ ਕਿ ਸਿੱਖੀ ਦੇ ਅਲੰਬਰਦਾਰ ਬਣ ਗਏ ਜੇ ਕਿ ਜੋ ਮਰਜ਼ੀ ਤੁਸੀਂ ਕਰਦੇ ਹੋ ਜੋ ਤੁਸੀਂ ਕੱਲ੍ਹ ਚੰਦ ਚਾੜੇ ਆ ਇਤਿਹਾਸ ਨੇ ਬਖਸ਼ਣਾ ਨੀਗਾ ਚਲੋ ਮੈਂ ਅੱਜ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਮੈਨੂੰ ਤਾਂ ਕੇਵਲ ਤੇ ਕੇਵਲ ਮੈਂ ਇੱਕ ਅੰਮ੍ਰਿਤਧਾਰੀ ਸਿੱਖ ਹਾਂ ਬਚਪਨ ਤੋਂ ਤੇ 2008 ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅੰਮ੍ਰਿਤਧਾਰੀ ਨੇ
ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿੱਥੇ ਲੋਕਾਂ ਦੀ ਪ੍ਰਤੀਨਿਧਤਾ ਹੁੰਦੀ ਹੈ, ਜਿੱਥੋਂ ਉੱਥੋਂ ਆਵਾਜ਼ ਨਿਕਲਦੀ ਹੋਈ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਹੈ, ਉੱਥੇ ਸਾਡਾ ਸਾਡੀ ਸਟੇਟ ਦਾ ਮੁੱਖ ਮੰਤਰੀ ਜਿਹੜਾ ਅੱਜ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ ਹੈ, ਤੇ ਸਿੱਖਾਂ ਦੇ ਦਾੜੇ ਦੇ ਉੱਤੇ ਵੀ ਸਵਾਲ ਖੜੇ ਕਰੂਗਾ, ਫਿਰ ਸਵਾਲ ਤੇ ਉੱਠਣਗੇ ਉੱਠਣਗੇ। ਤੇ ਤੁਸੀਂ ਉਹਨੂੰ ਉਹਦੇ ਮੰਨਣ ਦੀ ਥਾਂ ਤੇ ਵੀ ਨਹੀਂ ਅਜਿਹਾ ਹੋਣਾ ਚਾਹੀਦਾ ਸੀਗਾ, ਤੁਸੀਂ ਉਹਨੂੰ ਡਿਫੈਂਡ ਕਰ ਰਹੇ ਜੇ, ਤੁਸੀਂ ਗੁਨਾਹ ਕਰ ਰਹੇ ਜੇ ਡੰਗ ਜੀ, ਤੁਸੀਂ ਗੁਨਾਹ ਕਰ ਰਹੇ ਜੇ, ਪਾਪ ਕਰ ਰਹੇ ਜੇ, ਤੁਹਾਡੇ ਅੰਦਰੋਂ ਆਵਾਜ਼ ਜ਼ਰੂਰ ਆਉਂਦੀ ਹੋਊਗੀ, ਤੁਹਾਡੇ ਦਿਲ ਚ ਆਵਾਜ਼ ਜ਼ਰੂਰ ਆਉਂਦੀ ਹੋਊਗੀ, ਸਾਡੇ ਮੁੱਖ ਮੰਤਰੀ ਨੇ ਗਲਤੀ ਕੀਤੀ ਹੈ, ਸਾਡੇ ਮੁੱਖ ਮੰਤਰੀ ਨੇ ਗੁਨਾਹ ਕੀਤਾ ਹੈ, ਉਹਨੂੰ ਸਿੱਖੀ ਸਰੂਪ ਤੇ ਦਾੜੇ ਤੇ ਸਿੱਖ ਦੇ ਦਾੜੇ ਤੇ ਸਵਾਲ ਨਹੀਂ ਸੀ ਉਠਾਉਣਾ ਚਾਹੀਦਾ, ਪਰ ਤੁਸੀਂ ਜਿਹੜਾ ਮੂੰਹੋਂ ਬੋਲ ਰਹੇ ਜੇ ਨਾ, ਇਹ ਖੁਸ਼ਾਮ ਦੀ ਕਰ ਰਹੇ ਜੇ, ਭਗਵੰਤ ਮਾਨ ਦੀ ਖੁਸ਼ਾਮ ਦੀ, ਤੇ ਖੁਸ਼ਾਮ ਦੀ ਕਦੀ ਪਾਰ ਉਤਾਰਾ ਨਹੀਂ ਕਰ ਸਕਦੀ ਜੀ। ਸਾਡੇ ਕੋਲ ਸਮਾਂ ਥੋੜਾ ਘੱਟ ਹੈ, ਇੱਕ ਵਾਰ ਮਲਵਿੰਦਰ ਕੰਗ ਜੀ ਆਖਰੀ ਰਿਐਕਸ਼ਨ ਤੁਹਾਡਾ। ਪਹਿਲੀ ਗੱਲ ਤੇ ਇਹ ਆ ਵੀ ਮੁੱਖ ਮੰਤਰੀ ਜੀ ਨੇ ਸਿੱਖੀ ਸਰੂਪ ਬਾਰੇ ਨਹੀਂ ਕਿਹਾ, ਉਹਨਾਂ ਨੇ ਸਿੱਖੀ ਸਰੂਪ ਦਾ ਜਿਹੜਾ ਆਪਣੇ ਰਾਜਨੀਤਿਕ ਹਿੱਤਾਂ ਲਈ ਕਰਦੇ ਆ ਸੁਖਬੀਰ ਬਾਦਲ ਜੀ ਵਾਸਤੇ ਕਿਹਾ। ਦੂਜੀ ਗੱਲ ਮੈਂ ਉਹ ਦੇਖ ਰਿਹਾ ਜਦੋਂ ਦਰਬਾਰ ਸਾਹਿਬ, ਸੁਣ ਲਓ ਬਟਵਾ ਸਾਹਿਬ ਸੁਣ ਲਓ, ਜਦੋਂ ਜਿਹੜੇ ਲੋਕ ਦਰਬਾਰ ਸਾਹਿਬ ਚੋਂ ਹੱਥ ਖੜੇ ਕਰਕੇ ਆ ਜਾਣ, ਮੈਨੂੰ ਉਹਨਾਂ ਤੋਂ ਲੋੜ ਨਹੀਂ ਹੈ, ਜਿਹੜੇ ਦਰਬਾਰ ਸਾਹਿਬ ਚੋਂ ਹੱਥ ਖੜੇ ਕਰਕੇ ਬਾਹਰ ਆ ਜਾਣ, ਜਿਹੜੇ ਦਰਬਾਰ ਸਾਹਿਬ ਤੋਂ ਹੱਥ ਖੜੇ ਕਰਕੇ ਆ ਜਾਣ ਉਹਨਾਂ ਤੋਂ ਲੋੜ ਵੀ, ਜਿੱਥੇ ਸਿੰਘ ਸ਼ਹੀਦ ਹੋਏ ਹੋਣ, ਜਿੱਥੇ ਦਰਬਾਰ ਸਾਹਿਬ ਦੀ ਲੜਾਈ ਲੜਦੇ ਲੋਕ ਸ਼ਹੀਦ ਹੋਏ ਹੋਣ, ਜਵਾਬ ਦਰਬਾਰ ਸਾਹਿਬ ਚੋਂ ਬਾਅਦ ਕਿਹੜੇ ਨਹੀਂ ਲਿਖ ਲਈ, ਇਹ ਕਿਹੜਾ ਬਾਹਰ ਗੱਲ ਕਰਨੀ, ਇਹਦਾ ਜਵਾਬ।